ਕਾਨਫਰੰਸ ਦਾ ਮੁੱਖ ਮੁੱਦਾ ਹੈ ਬਈ ਲੋਹੜੀ ਵਾਲੇ ਦਿਨ ਅਸੀਂ ਅਕਸਰ ਸਾਡੇ ਬੱਚੇ ਗਾਉਂਦੇ ਹੁੰਦੇ ਸੀ ਲੇਡੀਜ਼ ਗਾਉਂਦੀਆਂ ਸੀ ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜਗ ਚੁੱਲ੍ਹੇ ਪਾਏ ਅਸੀਂ ਲੋਹੜੀ 'ਤੇ ਤਿਲ ਫੁੱਲ ਇਸ ਕਰਕੇ ਸਾੜਦੇ ਹਾਂ ਕਿਉਂਕਿ ਪਰਮਾਤਮਾ ਚਾਹੁੰਦਾ ਵੀ ਸਾਡੇ ਘਰਾਂ 'ਚ ਖੁਸ਼ੀ ਦੀ ਬਰਕਤ ਹੋਵੇ ਅੱਜ ਮੇਰੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਕਿਉਂਕਿ ਪੰਜਾਬ ਦੇ ਉੱਤੇ ਕੇਂਦਰ ਨੇ ਕਾਲੇ ਕਾਨੂੰਨ ਦੇ ਬਿੱਲ ਐਸੇ ਸਿੱਟੇ ਕਿ ਜਿਹੜਾ ਸਾਡਾ ਕਿਸਾਨ ਸਾਰਾ ਪੰਜਾਬ ਦਾ ਹਰ ਵਰਗ ਚਾਹੇ ਉਹ ਬੱਚਾ ਹੋਵੇ ਬੁੱਢਾ ਹੋਵੇ ਜਾਂ ਔਰਤਾਂ ਹੋਣ ਜਾਂ ਸਾਡੀਆਂ ਧੀਆਂ ਭੈਣਾਂ ਹੋਣ ਅੱਜ ਸੜਕਾਂ 'ਤੇ ਰਾਤ ਕੱਟ ਰਹੇ ਹਾਂ ਅਸੀਂ ਅੱਜ ਸਾਡੇ ਬਾਰਡਰ ਸਾਰੇ ਭਰੇ ਪਏ ਆ ਸਾਡੇ ਬੱਚੇ ਉੱਥੇ ਇੰਨੀ ਠੰਡ ਦੇ ਵਿੱਚ ਜਦੋਂ ਸਾਡੀ ਰਜਾਈਆਂ ਦੇ ਵਿੱਚ ਸਾਨੂੰ ਠੰਡ ਲੱਗ ਰਹੀ ਹੈ ਅੱਜ ਅਸੀਂ ਉੱਥੇ ਮਜਬੂਰ ਹੋਏ ਪਏ ਹਾਂ ਕਿ ਅਸੀਂ ਉੱਥੇ ਰਾਤ ਕੱਟਣ ਨੂੰ ਮਜਬੂਰ ਹੋ ਪਏ ਹਾਂ ਅੱਜ ਅਸੀਂ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਅਤੇ ਦਿੱਤਾ ਦਿੰਦੀ ਰਹੇਗੀ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਕਾਲੇ ਕਾਨੂੰਨ ਦਾ ਬਿੱਲਾਂ ਦਾ ਵਿਰੋਧ ਕਰਦੀ ਰਹੀ ਹੈ ਅਤੇ ਰਹੇਗੀ ਪਰ ਹੁਣ ਜੋ ਅਸੀਂ ਲੋਹੜੀ ਦੇ ਵਿੱਚ ਇੱਕ ਆਸ ਆ ਇੱਕ ਅਰਦਾਸ ਹੁੰਦੀ ਹੈ ਕਿ ਅਸੀਂ ਲੋਹੜੀ ਦੇ ਰਾਹੀਂ ਇੱਕ ਪ੍ਰਤੀਕ ਹੁੰਦਾ ਕਿ ਜਿਹੜੀ ਚੀਜ਼ ਅਸੀਂ ਅੱਗ ਦੀ ਜੜ ਦੇ ਵਿੱਚ ਸਾੜ ਦਿੰਦੇ ਹਾਂ ਪਰਮਾਤਮਾ ਵੱਲੋਂ ਉਸ ਚੀਜ਼ ਦੀ ਨਜ਼ਰ ਅਰਦਾਸ ਹੋ ਜਾਂਦੀ ਹੈ ਸਵੱਲੀ ਹੁੰਦੀ ਹੈ ਅਤੇ ਅਸੀਂ ਇਸ ਦੇ ਵਿੱਚ ਇਸ ਵਾਰ ਕਾਲੇ ਕਾਨੂੰਨ ਸਾੜਾਂਗੇ 16,000 ਤੋਂ ਵੱਧ ਲੋਕ ਪੰਜਾਬ ਦੇ ਹਰ ਗਾਮ ਹਰ ਮੁਹੱਲਾ ਹਰ ਸ਼ਹਿਰ ਅਤੇ ਹਰ ਵਾਰਡ ਦੇ ਵਿੱਚ ਸਾਡੇ ਸਟੇਟ ਤੋਂ ਲੈ ਕੇ ਛੋਟੇ ਲੈਵਲ ਤੱਕ ਦੇ ਵਲੰਟੀਅਰ ਸਾਰੇ ਇਕੱਠੇ ਹੋ ਕੇ ਆਪਣੇ ਆਪਣੇ ਗਰੁੱਪ ਬਣਾ ਕੇ ਲੋਹੜੀ ਦੇ ਵਿੱਚ ਇਸ ਵਾਰ ਕਾਲੇ ਕਾਨੂੰਨ ਸਾੜਨਗੇ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਜੋ ਸਾਨੂੰ ਨਹੀਂ ਮਨਜ਼ੂਰ ਜੋ ਸਾਡਾ ਇਤਿਹਾਸ ਪੁਰਾਣਾ ਅਸੀਂ ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਲੈਣ ਜਾਣਦੇ ਹਾਂ ਅਤੇ ਲੈਂਦੇ ਰਹਾਂਗੇ ਅਤੇ ਇਸ ਕਾਲੇ ਕਾਨੂੰਨਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਉਹਨੇ ਕੇਂਦਰ ਸਰਕਾਰ ਨੂੰ ਆ ਸਿਰਫ ਪ੍ਰਚਾਰ ਲਾਈ ਹੈ ਨਾਲ ਹੀ ਸਾਫ਼ ਕਹਿ ਦਿੱਤਾ ਕਿ ਜੇਕਰ ਤੁਸੀਂ ਕਾਨੂੰਨ 'ਤੇ ਕੋਈ ਫੈਸਲਾ ਨਹੀਂ ਦਿੰਦੇ ਤਾਂ ਅਸੀਂ ਕਾਨੂੰਨ ਰੱਦ ਕਰ ਦਾਂਗੇ ਸਟੇ ਲਾ ਦਾਂਗੇ ਦੇਖੋ ਪੰਜਾਬ ਦੇ ਵਿੱਚ ਇੱਕ ਮਾਨਤਾ ਕਿ ਜਿਹੜੀ ਚੀਜ਼ ਲੋਹੜੀ ਦੇ ਵਿੱਚ ਆਪਾਂ ਸਾੜ ਦਿੰਦੇ ਹਾਂ ਉਹ ਸਾਡੇ ਸਿਰੇ ਤੋਂ ਅਰਦਾਸ ਕਬੂਲ ਹੁੰਦੀ ਹੈ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਜੇ ਕੇਂਦਰ ਟਸ ਤੋਂ ਮਸ ਨਹੀਂ ਹੋ ਰਿਹਾ ਕਾਲੇ ਕਾਨੂੰਨਾਂ ਨੂੰ ਲੈ ਕੇ ਤਾਂ ਘੱਟੋ ਘੱਟ ਸੁਪਰੀਮ ਕੋਰਟ ਹੀ ਐਸਾ ਫੈਸਲਾ ਦੇ ਦੇਵੇ ਕਿ ਸਾਡੇ ਧੀਆਂ ਪੁੱਤ ਸੁਰੱਖਿਅਤ ਵਾਪਸ ਆ ਜਾਣ ਜਿਹੜੇ ਸਾਡੇ ਉੱਥੇ 50 ਤੋਂ ਉੱਪਰ ਮੈਂ ਕਹਿ ਰਹੀ ਹਾਂ 70 ਤੱਕ ਗਿਣਤੀ ਜਾ ਚੁੱਕੀ ਹੈ ਸ਼ਹੀਦ ਹੋਏ ਆ ਇਹ ਸਾਰੀ ਲੋਹੜੀ ਦੀ ਸ਼ਾਮ ਆ ਜਿਹੜੀ ਉਹਨਾਂ ਸ਼ਹੀਦਾਂ ਦੇ ਨਾਮ 'ਤੇ ਸਮਰਪਿਤ ਆ ਅਤੇ ਸਭ ਜੋ ਇਹ ਜੋ ਸਾਡੇ ਘਰਾਂ ਦੇ ਚੁੱਲ੍ਹੇ ਬੁੱਝ ਗਏ ਸਾਡੇ ਜਵਾਨ ਬੱਚੇ ਚਲੇ ਗਏ ਸਾਡੀਆਂ ਮਾਵਾਂ ਦੀਆਂ ਝੋਲੀਆਂ ਸੁੰਨੀਆਂ ਹੋ ਗਈਆਂ ਮੋਦੀ ਸਾਹਿਬ ਦਾ ਬਣਦਾ ਇਖਲਾਕੀ ਤੌਰ 'ਤੇ ਫਰਜ਼ ਬਣਦਾ ਕਿ ਹੱਥ ਜੋੜ ਕੇ ਉਹਨਾਂ ਸ਼ਹੀਦਾਂ ਤੋਂ ਮਾਫ਼ੀ ਮੰਗ ਲਵੇ ਅਤੇ ਨਾਲ ਦੀ ਨਾਲ ਕਾਲੇ ਕਾਨੂੰਨ ਵਾਪਸ ਲੈ ਲੈ ਸੀਐਮ ਪੰਜਾਬ ਜਿਹੜੇ ਕੱਲ ਲੁਧਿਆਣਾ ਆ ਰਹੇ ਨੇ ਤੇ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਲਈ ਪ੍ਰੋਜੈਕਟ ਉਹਨੇ ਪਾਸ ਕੀਤਾ ਉਹਦਾ ਵੀ ਪੱਥਰ ਰੱਖਣਾ ਹੈ ਪਹਿਲਾਂ ਵੀ ਬੁੱਢੇ ਨਾਲੇ 'ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਮਾਮਲਾ ਹੱਲ ਹੋਵੇਗਾ ਜਾਂ ਫਿਰ ਇਸ 'ਤੇ ਘਪਲਾ ਹੋਵੇਗਾ ਅਤੇ ਬੁੱਢੇ ਨਾਲੇ ਦਾ ਹਾਲ ਮਿਲੇਗਾ ਤੁਸੀਂ ਪਿਛਲੇ 40-50 ਸਾਲ ਵਾਲੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਪਹਿਲਾਂ ਬਜ਼ੁਰਗ ਆ ਉਹ ਕਹਿੰਦੇ ਵੀ ਕਿਸੇ ਟਾਈਮ ਬੁੱਢਾ ਨਾਲਾ ਇੰਨਾ ਸਾਫ਼ ਸੀ ਕਿ ਇਸ ਬੁੱਢੇ ਨਾਲੇ ਦੇ ਆਸ ਪਾਸ ਸਾਡੇ ਬੱਚੇ ਪਿਕਨਿਕ ਮਨਾਉਣ ਆਉਂਦੇ ਹੁੰਦੇ ਸੀ ਇੱਥੇ ਜਾਨਵਰ ਆਉਂਦੇ ਹੁੰਦੇ ਸੀ ਪ੍ਰਵਾਸੀ ਪੰਛੀ ਆਉਂਦੇ ਹੁੰਦੇ ਸੀ ਜਿਹੜਾ ਬੁੱਢਾ ਨਾਲਾ ਬਾਹਰਲੀਆਂ ਸਟੇਟਸ ਦੇ ਲੋਕਾਂ ਦੇ ਵਾਸਤੇ ਅਟਰੈਕਸ਼ਨ ਦਾ ਕਾਰਨ ਸੀ ਪਰ ਇੱਥੋਂ ਦੀ ਫੈਕਟਰੀਆਂ ਨੇ ਉਹਦੇ ਵਿੱਚ ਗੰਦਾ ਧੂੰਆਂ ਗੰਦਾ ਪਾਣੀ ਸਿੱਟ ਕੇ ਉਹਨੂੰ ਸਿਰੇ ਤੋਂ ਗੰਦਾ ਕਰਤਾ ਜਿਹਦੇ ਲਈ ਇੱਥੋਂ ਦਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਇੱਥੋਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਆ ਕਿਉਂਕਿ ਇੰਨੇ ਪਵਿੱਤਰ ਜਗ੍ਹਾ ਨੂੰ ਜਿੱਥੇ ਲੋਕ ਖੇਡਦੇ ਸੀ ਖੁਸ਼ ਹੁੰਦੇ ਸੀ ਜਿਹੜਾ ਖੁਸ਼ਹਾਲ ਸੀ ਹੁਣ ਉਹਦੇ ਪਿੰਡਾਂ ਦੇ ਆਲੇ ਦੁਆਲੇ ਕੈਂਸਰ ਬੈਲਟ ਬਣਦੀ ਜਾ ਰਹੀ ਆ ਕਿੰਨੇ ਕਿੰਨੇ ਲੋਕ ਬੋਲੇ ਹੋ ਰਹੇ ਅੱਖਾਂ ਤੋਂ ਅੰਨੇ ਹੋ ਰਹੇ ਉਹਨਾਂ ਨੂੰ ਸਕਿਨ ਪ੍ਰੋਬਲਮ ਹੋ ਰਹੀ ਆ ਇਹ ਸਿਰਫ ਤੇ ਸਿਰਫ ਕੈਪਟਨ ਸਾਹਿਬ ਆ ਰਹੇ ਆ ਜ਼ਰੂਰ ਕਰਨ ਪਰ ਨਾਲ ਦੀ ਨਾਲ ਮੇਰੀ ਬੇਨਤੀ ਤਾਂ ਇਹੀ ਹੈ ਵੀ ਜਾਂਚ ਵੀ ਕਰਵਾ ਲੈਣ ਕਿ ਜਿਹੜੇ ਪਿਛਲੇ ਪੈਸੇ ਆਏ ਹੋਏ ਆ ਉਹ ਲੱਗੇ ਕਿਉਂ ਨਹੀਂ